ਲੁੱਟਾਂ ਖੋਹਾਂ ਠੱਗੀਆਂ ਦੀਆਂ ਖਬਰਾਂ ਤਾਂ ਆਮ ਵਾਪਰਦੀਆਂ ਰਹਿੰਦੀਆਂ ਹਨ ਪਰ ਦੋ ਔਰਤਾਂ ਵੱਲੋਂ ਘਰ ਘਰ ਵਿੱਚ ਜਾ ਕੇ ਲੱਖਾਂ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਨਾਭਾ ਬਲਾਕ ਦੇ ਪਿੰਡ ਦੁਲਦੀ ਵਿਖੇ ਦੋ ਔਰਤਾਂ ਭੋਲੀਆਂ ਭਾਲੀਆਂ ਬਣ ਕੇ ਘਰ ਵਿੱਚ ਆਉਂਦੀਆਂ ਸਨ ਅਤੇ ਉਹਨਾਂ ਨੂੰ ਪਹਿਲਾਂ ਘਰ ਦੇ ਭਾਂਡੇ ਦੇਖਣ ਲਈ ਆਖਦੀਆਂ ਸਨ ਅਤੇ ਕਹਿੰਦੀਆਂ ਸਨ ਤੁਸੀਂ ਆਪਣੇ ਭਾਂਡੇ ਦਿਓ ਅਸੀਂ ਇਸ ਦਾ ਕੰਪਨੀ ਵੱਲੋਂ ਛਾਪਾ ਲਵਾ ਕੇ ਨਵੇਂ ਭਾਂਡੇ ਬਣਾਵਾਂਗੇ ਅਤੇ ਤੁਹਾਨੂੰ ਭਾਂਡੇ ਮੋੜ ਦੇਵਾਂਗੇ ਅਤੇ ਨਾਲ ਪੈਸੇ ਵੀ ਦੇਵਾਂਗੇ। औरत भांडिया दे नाल किसे नू 1000 रुपया ते किसे नू 2000 रुपया दे के लालच होर वधा लिया, जिस करके पिंड दियां औरतां ने महंगे पा दे सूट लैके उन्हां नू सूटां दे नाल पैसे वापस दे दिंदियां सन। ये औरतां एक हफ्ता इसे पिंड विच इसे तरह दा धंधा करदियां रहियां अते अपने जाल विच इन्हां औरतां नू फसाउंदियां रहियां। लेकिन एक टाइम ते करीब दर्जन घरां दे विचों 70 तोले सोना इकट्ठा करके वह रफू चक्कर हो गई। ਇਹਨਾਂ ਤੋਂ ਲੈ ਜਾਂਦੇ ਇਹਨਾਂ ਕੋਲ ਦੇ ਕੇ ਜਾਂਦੀ ਅਸੀਂ, ਮੈਂ ਤਾਂ ਆਉਂਦੀ ਨਹੀਂ ਸੀ ਇਹਦੇ ਲਵੇ। ਲਾਸਟ ਦਿਨ ਇਹ ਕਹਿੰਦੇ ਆ ਤੁਹਾਨੂੰ 5000 ਰੁਪਏ ਦੇ ਦੇਣਗੇ ਵੀ ਆਪਣੇ ਵਾਲੀਆਂ ਦੇ ਦਿਓ, ਮੈਂ ਦਿੰਦੀ ਨਹੀਂ ਸੀ। ਇਹਨਾਂ ਨੇ ਕਿਹਾ ਤੂੰ ਚਲ ਮੈਂ ਇੰਨਾ ਕਿਹਾ ਨਹੀਂ ਦਿੱਤੇ ਤੂੰ ਵੀ ਦੇ ਦੇ। ਇਹ 2-3 ਦਿਨ ਪੈਸੇ ਲੈਂਦੀਆਂ ਨਹੀਂ, ਮੈਂ ਕੋਈ ਪੈਸਾ ਨਹੀਂ ਦਿੱਤਾ। ਉਸ ਤੋਂ ਬਾਅਦ ਲਾਸਟ ਦਿਨ ਮੈਂ ਦੋਨੇ ਦਿਨ ਜੋੜੇ ਲਾ ਕੇ ਦੇ ਦਿੱਤੇ। ਹਾਂਜੀ, ਕੁਛ ਮੇਰੇ ਭਾਂਡੇ ਸੀਗੇ ਉਹ ਵੀ ਮੈਨੇ ਦਿੱਤੇ। ਹਾਂਜੀ, ਸਾਡੇ ਘਰ ਚੋਂ 1.5-2 ਲੱਖ ਦਾ ਸਮਾਨ ਲੈ ਗਏ। ਮੈਂ ਇਹਨਾਂ ਨੂੰ ਕਿਹਾ ਸੀ ਜੀ, ਜਿੱਦਣੋਂ ਪਹਿਲੇ ਦਿਨ ਆਏ ਸੀ ਮੈਂ ਉਹਨੂੰ ਕਿਹਾ ਸੀ ਕਿ ਇਹ ਜਨਾਨੀ ਇੱਦਾਂ ਦੀ ਇਹਨੂੰ ਨਾ ਬਿਠਾਇਆ ਕਰੋ ਤੁਸੀਂ। ਇਹ ਮੈਨੂੰ ਕਹਿੰਦੀ ਆ ਭਰੋਸਾ ਕਰਨਾ ਚਾਹੀਦਾ ਕਿਸੇ 'ਤੇ ਕਿ ਤੂੰ ਇੱਦਾਂ ਨਾ ਕਰਿਆ ਕਰ। 4-5 ਦਿਨ ਮੈਂ ਲਵੇ ਨਹੀਂ ਲੱਗੀ ਉਹਨਾਂ ਦੇ, ਇਹੀ ਲੱਗਦੀਆਂ ਰਹੀਆਂ, ਇਹ ਭਾਂਡੇ ਭੁੰਡੇ ਲੈਂਦੀਆਂ ਰਹੀਆਂ, ਮੈਂ ਨਹੀਂ ਦਿੰਦੀ ਜੀ। ਲਾਸਟ ਵਾਲ ਦਿਨ ਇਹ ਧੱਕੇ ਨਾਲ ਮੈਨੂੰ ਕਹਿੰਦੀ ਮੈਂ ਇੰਨੇ ਕਿਹਾ ਨਹੀਂ ਦਿੱਤੇ ਤੂੰ ਵੀ ਦੇ ਦੇ। ਮੈਂ ਕਿਹਾ ਚੱਲ ਇਹਨੂੰ 2-3 ਵਾਰੀ ਪੈਸੇ ਦੇ ਗਈ, ਮੈਂ ਵੀ ਦੇ ਦਿੱਤੀਆਂ ਲਾਲਚ ਨਾਲ। ਮੈਂ ਚੱਲ 5000 ਰੁਪਏ ਦੇ ਜਾਣਗੇ, ਮੈਂ ਵੀ ਦੇ ਦਿੱਤੀਆਂ ਉਹਨੂੰ। ਮੈਨੂੰ ਇਹ ਪਤਾ ਨਹੀਂ, ਮੈਂ ਇਹਨੂੰ ਕਿਹਾ ਸੀ, ਮੈਂ ਕਿਹਾ ਉਹ ਲੈ ਗਈ ਹੁਣ ਵਾਪਸ ਨਹੀਂ ਆਉਂਦੀ। ਮੈਂ ਵੀ ਗੱਲ ਗਈ ਜਦੋਂ ਗਈ ਏ ਉਰੇ ਬੈਠੀ ਸੀਗੀ, ਮੈਂ ਕਿਹਾ ਲੈ ਕੇ ਕਹਿਣੀ ਜਾ ਰਹੀ ਹੁਣ ਇਹਨੇ ਵਾਪਸ ਨਹੀਂ ਆਉਣਾ। ਇਹ ਕਹਿੰਦੀ ਨਹੀਂ ਮੈਨੂੰ ਯਕੀਨ ਹੈ। ਮੈਂ ਕਿਹਾ ਚੱਲ ਯਕੀਨ ਹੈ ਦੇ ਦੇ। ਮੈਂ ਲਾ ਕੇ 2-3 ਦਿਨੇ ਜੋੜੇ ਦਿੱਤੇ। ਠੱਕੀ ਮੇਰਾ ਬਾਲੀਆਂ ਲੈ ਗਿਆ ਉਹ ਜਨਾਨੀ। ਉਹ ਜਨਾਨੀ ਉਹ ਆਤੀ ਥੀ, ਉਸਕੋ ਅਸੀਂ ਰੋਟੀ ਪਾਣੀ ਸਾਰੇ ਖੁਰ ਖਿਲਾਤੀ ਥੀ। ਤਾਂ ਫਿਰ ਮੇਰਾ ਬੋਲਾ ਕਿ ਤੇਰੇ ਕੋਲ 5000 ਰੁਪਇਆ ਲਾ ਦੂੰਗੇ, ਉਹ ਬਾਲੀਆਂ ਦੇ ਗਏ ਤਾਂ 4 ਵਜੇ ਆਉਂਗੇ। ਉਹ ਇਸਕਾ ਉਹ ਛਾਪਾ ਹੋਤਾ ਹੈ ਉੱਥੇ ਜਾ ਕੇ। ਫਿਰ ਇਹੀ ਬੋਲ ਕੇ ਮੇਰਾ ਲੈ ਗਿਆ। ਦੀਦੀ ਸਾਰਾ ਦੀਆ, ਫਿਰ ਮੈਂ ਵੀ ਦੇ ਦਿਆ। ਉਹ ਧੋਖਾ ਜੀ, ਪਹਿਲੇ ਦਿਨ ਜਿੱਦਣ ਆਈ ਸੀ 4-5 ਭਾਂਡੇ ਸੀ ਉਹਦੀ ਝੋਲੀ 'ਚ। ਅਸੀਂ ਉੱਧਰੋਂ ਉੱਠ ਕੇ ਆਈਆਂ, ਅਸੀਂ ਕਿਹਾ ਵੀ ਚੱਲ ਭਾਂਡੇ ਦੇਖ ਲੈਂਦੇ ਹਾਂ। ਅਸੀਂ ਕਿਹਾ ਮੁੱਲ ਦੇ ਦਿਓ ਜੀ, ਕਹਿੰਦੇ ਮੁੱਲ ਨਹੀਂ ਦੇਣਾ ਹੈਗਾ ਅਤੇ ਵੀ ਅਸੀਂ ਤੁਸੀਂ ਪੁਰਾਣੇ ਭਾਂਡੇ ਦੇ ਦਿਓ, ਨਵੇਂ ਲਿਆ ਦਾਂਗੇ ਅਸੀਂ। ਚੱਲ ਅਸੀਂ ਪੁਰਾਣੇ ਭਾਂਡੇ ਦੇ ਦੇ, ਦੂਏ ਦਿਨ ਸਾਨੂੰ ਭਾਂਡੇ ਨਵੇਂ ਲਿਆ ਤੇ। ਤੀਏ ਦਿਨ ਫਿਰ ਆ, ਦੂਏ ਦਿਨ ਫਿਰ ਆ ਗਈ, ਫਿਰ ਅਸੀਂ ਥੋੜ੍ਹੇ ਜਿਹੇ ਭਾਂਡੇ ਦੇ ਤੇ। ਫਿਰ ਸਾਨੂੰ ਭਾਂਡੇ ਵਾਪਸ ਕਰ ਗਈ, ਸਾਤੋਂ 20-20 ਰੁਪਈਏ ਲੈ ਗਈ। ਕਹਿੰਦਾ ਸਾਨੂੰ 100 ਰੁਪਇਆ ਵੀ 100-200 ਰੁਪਇਆ ਭਾਂਡਿਆਂ ਮਗਰ ਬਣ ਜਾਂਦਾ ਹੈ। ਤੀਏ ਦਿਨ ਫਿਰ ਆ ਗਈ ਜੀ। ਚੱਲ ਅਸੀਂ ਸਾਰੇ ਜਿੰਨੇ ਬਰਤਨ ਸੀ, ਕੜਾਹੀ ਪਤੀਲੇ ਜਿੰਨਾ ਵੀ ਬਰਤਨ ਸੀ ਘਰ ਦੇ ਵਿੱਚ ਉਹ ਦੇਤਾ। ਇੱਕ ਚਾਂਦੀ ਦੀ ਪੈਲ ਸੀ, ਇੱਕ ਉਹ ਚੈਨ ਸੀ, ਇੱਕ 6 ਗੂੰਠੀ ਸੀ, ਉਹ ਲੈ ਗਈ ਵੀ ਸ਼ਾਮ ਨੂੰ 4 ਵਜੇ ਤੁਹਾਨੂੰ ਨਾਲੇ ਪੈਸੇ ਵੀ ਲਿਆ ਦੂੰਗੀ, ਨਾਲੇ ਇਹ ਵਾਪਸ ਕਰ ਦੂੰਗੀ। ਸੋਨਾ ਵੀ ਲੈ ਗਈ? ਨਹੀਂ, ਸਾਡਾ ਸੋਨਾ ਨਹੀਂ ਜੀ, ਕੱਪੜੇ ਨੇ 5-7 ਸੂਟ ਨੇ ਮਹਿੰਗੇ ਮਹਿੰਗੇ ਸਾਡੇ। ਹਾਂ, ਉਹ ਸੂਟ ਲੈ ਗਈ ਵੀ ਛਾਪਾ ਛਾਪਣਾ ਹੈ, ਛਾਪਾ ਛਾਪ ਕੇ ਅਸੀਂ ਤੁਹਾਨੂੰ ਵਾਪਸ 4 ਵਜੇ ਕਰ ਦਾਂਗੇ, ਸਾਨੂੰ ਕੰਪਨੀ ਵੱਲੋਂ ਨਾਮ ਮਿਲਦਾ। ਹੁਣ ਇਹਨਾਂ ਪੀੜਤਾਂ ਵੱਲੋਂ ਪੁਲਿਸ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਇਹਨਾਂ ਠੱਗ ਔਰਤਾਂ ਨੂੰ ਫੜਿਆ ਜਾਵੇ। ਇਸ ਮੌਕੇ ਥਾਣਾ ਸਦਰ ਵਿੱਚ ਇਹਨਾਂ ਪੀੜਤ ਔਰਤਾਂ ਦੀ ਰਿਪੋਰਟ ਦਰਜ ਕਰਕੇ ਔਰਤਾਂ ਨੂੰ ਵੱਖ-ਵੱਖ ਐਂਗਲਾਂ ਤੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਵਾਰੀ ਕੀ ਹੁੰਦਾ, ਪਿੰਡਾਂ 'ਚ ਆਮ ਤੌਰ 'ਤੇ ਭੋਲੇ ਭਾਲੇ ਲੋਕਾਂ ਨੂੰ ਵਰਗ ਲਾ ਲੈਂਦੀਆਂ ਨੇ। ਕਈ ਵਾਰ ਲੇਡੀਜ਼ ਦਾ ਗਰੋਹ ਹੁੰਦਾ, ਕਈ ਵਾਰ ਬੰਦਿਆਂ ਦਾ ਵੀ ਹੁੰਦਾ। ਇੱਥੇ ਪਰਸੋਂ ਇੱਕ ਲੇਡੀ ਸਰਪੰਚ ਸਾਹਿਬ ਦੇ ਨਾਲ ਮੇਰੇ ਕੋਲ ਆਈ ਸੀ ਅਤੇ ਉਹਨੇ ਦੱਸਿਆ ਕਿ ਕੋਈ ਔਰਤ ਉਹਨਾਂ ਦੇ ਘਰ 'ਚ ਸਾਂਝੀ ਬਣਾ ਕੇ ਵੀ ਉਹ ਇਸ ਤਰ੍ਹਾਂ ਸੋਨੇ ਦੇ ਜਾਂ ਗਹਿਣਿਆਂ ਨੂੰ ਚਮਕਾ ਕੇ ਜਾਂ ਉਹਨਾਂ ਨੂੰ ਕਿਸੇ ਲਾਲਚ 'ਚ ਲਿਆ ਕੇ ਕਿ ਇਹਦੇ ਵੱਧ ਭਾਅ ਮਿਲ ਜਾਣਗੇ ਜਾਂ ਹੋਰ ਅਲੱਗ ਅਲੱਗ ਤਰੀਕੇ ਨਾਲ ਉਹਨਾਂ ਨੂੰ ਗੱਲਾਂ 'ਚ ਉਲਝਾ ਲਿਆ ਸੀ। ਉਹਨਾਂ ਨੇ ਇੱਕ ਵਾਰੀ ਗਹਿਣੇ ਲੈ ਗਈ, ਮੁੜ ਕੇ ਵਾਪਸ ਵੀ ਦੇ ਗਈ, ਉਹਨੂੰ ਪ੍ਰੋਫਿਟ ਵੀ ਦਿੱਤਾ, ਉਹਦਾ ਇੱਕ ਵਿਸ਼ਵਾਸ ਜਿਹਾ ਬਣ ਗਿਆ ਉਹਦੇ 'ਚ। ਅਤੇ ਇਸ ਤਰੀਕੇ ਨਾਲ ਕਈ ਪਰਿਵਾਰਾਂ ਨਾਲ ਉਹ ਇਸ ਤਰੀਕੇ ਨਾਲ ਕਰਕੇ ਪਤਾ ਲੱਗਾ ਕਿ ਕਾਫੀ ਗਹਿਣੇ ਠੱਗ ਕੇ ਲੈ ਗਈ ਹੈ। ਅਤੇ ਉੱਥੇ ਜਿਹੜੀ ਸਹੀ ਗੱਲ ਇਹ ਹੋਈ ਹੈ ਕਿ ਕਿਸੇ ਨੇ ਉਹਨਾਂ ਦੀਆਂ ਫੋਟੋਆਂ ਖਿੱਚ ਲਈਆਂ ਸੀਗੀਆਂ। ਉਹ ਫੋਟੋਆਂ ਸਾਨੂੰ ਉਹਨਾਂ ਨੇ ਪ੍ਰੋਵਾਈਡ ਕੀਤੀਆਂ, ਅਸੀਂ ਉਹਦੇ ਆਧਾਰ 'ਤੇ
कंप्लेंट दर्ज कर ली है तो असी इन्हों शनाख्त करन दी कोशिश कर रहे हैं कि जेडे इस तरीके दे कमां च इनवॉल्व ने असी CIA नूं भी इनफॉर्म कर दिता और नेड़े दे थाणियां च भी इनफॉर्म कर दिता तो असी छेती ही इन्हों तलाश कर लाँगे। हाँ उ ना एक लेडी नाल बच्चा भी उन्हें गोद चुकया होया तो इस तरीके देखण च आया तो एक सांझ जी पैदा करके एक अपनत्व पैदा करके उस तो बाद ठगी मार दिया ने। ते इत्थे लोगों नूं गुजारिश है कि किसी भी व्यक्ति नाल इस तरीके नाल विहार बनाण तो पहला चंगी तरह उहदी शनाख्त करनी जरूरी हुंदी है भी किसी दीआं गल्लां च नहीं आना चाहिए इहो जिहे लोगों तो बच के रहना चाहिए।